ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰਿਆਨਟਰ ਗੁਰਜਤੇਂਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਾਸ਼ਟ੍ਰੀਕਾਲ ਜੀ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਸੀ ਟੀਵੀ। ਮੈਂ ਆ ਤੁਹਾਡੇ ਨਾਲ ਬਰਨ ਕੌਰ ਮਾਨ ਪਹਿਲਾ ਨਜ਼ਰ ਪਾਉਂਦੇ ਹਾਂ ਕੁਝ ਖਾਸ ਖਬਰਾਂ ਤੇ। ਵਾਈਡਨ ਪ੍ਰਸ਼ਾਸਨ ਨੇ ਲੱਖਾਂ ਤਨਖਾਹਦਾਰ ਕਰਮਚਾਰੀਆਂ ਲਈ ਕੀਤਾ ਅਹਿਮ ਐਲਾਨ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਕੁਝ ਹਵਾਈ ਰੂਟਾਂ ਤੇ ਟਿਕਟਾਂ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ ਬੁਕਿੰਗ ਤੋਂ ਪਹਿਲਾਂ ਜਾਣੋ ਡਿਟੇਲ ਕੈਨੇਡਾ ਸਰਕਾਰ ਨੂੰ ਮਹਿੰਗੇ ਪਏ ਥੋਕ ਦੇ ਭਾਅ ਵਿਜ਼ਟਰ ਵੀਜ਼ਾ ਜਾਰੀ ਕਰਨੇ ਵੱਡੀ ਖਬਰ ਬ੍ਰਿਟੇਨ ਜਾਣ ਦੇ ਲਈ ਇੰਗਲਿਸ਼ ਚੈਨਲ ਪਾਰ ਕਰਦੇ ਸਮੇਂ ਇੱਕ ਬੱਚੇ ਸਮੇਤ ਪੰਜ ਲੋਕਾਂ ਦੀ ਹੋਈ ਮੌਤ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਜਾਰੀ ਹੋਈ ਚੇਤਾਵਨੀ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਵੀ ਕੀਤਾ ਅਲਰਟ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਕਈ ਸਾਰੀਆਂ ਖਬਰਾਂ ਵਾਈਡਨ ਪ੍ਰਸ਼ਾਸਨ ਨੇ ਅਮਰੀਕਾ ਦੇ ਵਿੱਚ ਲੱਖਾਂ ਤਨਖਾਹਦਾਰ ਕਾਮਿਆਂ ਨੂੰ ਓਵਰਟਾਈਮ ਤਨਖਾਹ ਪਾਉਣ ਦੇ ਯੋਗ ਬਣਾਉਣ ਦੇ ਲਈ ਇੱਕ ਨਵੇਂ ਨਿਯਮ ਨੂੰ ਅੰਤਿਮ ਰੂਪ ਦਿੱਤਾ ਹੈ। ਇਹ ਕਦਮ دہਾਕਿਆਂ ਦੇ ਵਿੱਚ ਦੇਖੀ ਗਈ ਸੰਗੀ ਓਵਰਟਾਈਮ ਯੋਗਤਾ ਦੇ ਵਿੱਚ ਸਭ ਤੋਂ ਵੱਡੇ ਵਿਸਤਾਰ ਨੂੰ ਦਰਸਾਉਂਦਾ ਹੈ। ਲੇਬਰ ਡਿਪਾਰਟਮੈਂਟ ਨੇ ਮੰਗਲਵਾਰ ਨੂੰ ਕਿਹਾ ਕਿ ਕੁਝ ਲਾਇਟੋ ਰੋਜ਼ਗਾਰ ਦਾ ਤਾਵਾ ਨੂੰ ਤਨਖਾਹ ਲੈਣ ਵਾਲੇ ਕਰਮਚਾਰੀਆਂ ਨੂੰ ਓਵਰਟਾਈਮ ਦਾ ਭੁਗਤਾਨ ਕਰਨਾ ਹੋਵੇਗਾ ਜੋ ਕੁਝ ਕਾਰਜਕਾਰੀ, ਪ੍ਰਸ਼ਾਸਨਿਕ ਅਤੇ ਪੇਸ਼ੇਵਰ ਭੂਮਿਕਾਵਾਂ ਦੇ ਵਿੱਚ 1 ਸਾਲ ਦੇ ਵਿੱਚ ਤਰਤਾਂਤ 40888 ਅਮਰੀਕੀ ਡਾਲਰ ਤੋਂ ਘੱਟ ਕਮਾਉਂਦੇ ਨੇ ਲੇਬਰ ਦੀ ਕਾਰਜਕਾਰੀ ਸਕੱਤਰ ਜੂਲੀ ਨੇ ਇੱਕ ਤਿਆਰ ਬਿਆਨ ਵਿੱਚ ਕਿਹਾ ਹੈ ਕਿ ਪ੍ਰਸ਼ਾਸਨ ਬਾਰ ਨੂੰ ਵਧਾਉਣ ਤੇ ਆਪਣੇ ਵਾਅਦੇ ਨੂੰ ਪੂਰਾ ਕਰ ਰਿਹਾ ਹੈ ਇਹ ਖਬਰ 35568 ਅਮਰੀਕੀ ਡਾਲਰ ਦੀ ਮੌਜੂਦਾ ਓਵਰਟਾਈਮ ਯੋਗਤਾ ਥ੍ਰੈਸ਼ਹੋਲਡ ਤੋਂ ਇੱਕ ਮਹੱਤਵਪੂਰਨ ਛਾਲ ਨੂੰ ਦਰਸਾਉਂਦੀ ਹੈ ਜੋ ਕਿ 2019 ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਅਧੀਨ ਨਿਰਧਾਰਤ ਕੀਤੀ ਗਈ ਸੀ ਸੰਘੀ ਕਾਨੂੰਨ ਦੇ ਤਹਿਤ ਅਮਰੀਕਾ ਦੇ ਵਿੱਚ ਲਗਭਗ ਸਾਰੇ ਪ੍ਰਤੀ ਘੰਟੇ ਦੇ ਕਰਮਚਾਰੀ ਹਫਤੇ ਵਿੱਚ 40 ਘੰਟਿਆਂ ਅਤੇ ਓਵਰਟਾਈਮ ਤਨਖਾਹ ਦੇ ਹੱਕਦਾਰ ਨੇ ਪਰ ਬਹੁਤ ਸਾਰੇ ਤਨਖਾਹਦਾਰ ਕਾਮਿਆਂ ਨੂੰ ਇਸ ਲੋੜ ਤੋਂ ਛੋਟ ਦਿੱਤੀ ਜਾਂਦੀ ਹੈ ਜਦੋਂ ਤੱਕ ਉਹ ਇੱਕ ਖਾਸ ਪੱਧਰ ਤੋਂ ਹੇਠਾਂ ਨਹੀਂ ਕਮਾਉਂਦੇ ਨੇ ਨਵਾਂ ਨਿਯਮ ਕੁਝ ਉੱਚ ਮੁਆਵਜ਼ਾ ਪ੍ਰਾਪਤ ਕਰਮਚਾਰੀਆਂ ਦੇ ਲਈ ਓਵਰਟਾਈਮ ਯੋਗਤਾ ਦਾ ਵੀ ਵਿਸਤਾਰ ਕਰਦਾ ਹੈ ਲੇਬਰ ਡਿਪਾਰਟਮੈਂਟ ਦਾ ਅੰਦਾਜ਼ਾ ਹੈ 4 ਮਿਲੀਅਨ ਘੱਟ ਤਨਖਾਹ ਵਾਲੇ ਕਰਮਚਾਰੀ ਜਿਨ੍ਹਾਂ ਨੂੰ ਮੌਜੂਦਾ ਨਿਯਮ ਦੇ ਤਹਿਤ ਛੋਟ ਪ੍ਰਾਪਤ ਹੈ ਨਵੇਂ ਨਿਯਮ ਦੇ ਤਹਿਤ ਪਹਿਲੇ ਸਾਲ ਦੇ ਵਿੱਚ ਓਵਰਟਾਈਮਸ ਰੱਖਿਆ ਲਈ ਯੋਗ ਹੋ ਜਾਣਗੇ 1,92,900 ਉੱਚ ਮਾਅਜ਼ਾ ਹਾਸਲ ਕਾਮਿਆਂ ਨੂੰ ਵੀ ਓਵਰਟਾਈਮ ਹੱਕ ਹਾਸਲ ਹੋਣ ਦੀ ਉਮੀਦ ਹੈ ਦੂਜੇ ਪਾਸੇ ਆਲੋਚਕਾਂ ਨੇ ਦਲੀਲ ਦਿੱਤੀ ਹੈ ਕਿ ਨਵਾਂ ਨਿਯਮ ਕੰਪਨੀਆਂ ਨੂੰ ਨਵੀਆਂ ਲਾਗਤਾਂ ਨਾਲ ਜੋੜ ਸਕਦਾ ਹੈ ਅਤੇ ਲਗਾਤਾਰ ਕਿਰਤ ਚੁਣੌਤੀਆਂ ਨੂੰ ਵਧਾ ਸਕਦਾ ਹੈ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਗੈਰ ਦਸਤਾਵੇਜ਼ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਕਾਫੀ ਵਾਧਾ ਹੋਇਆ ਹੈ ਅੰਕੜਿਆਂ ਦੇ ਅਨੁਸਾਰ 2023 ਦੇ ਵਿੱਚ 30000 ਤੋਂ ਭਾਰਤੀ ਨਾਗਰਿਕ ਫੜੇ ਗਏ ਯੂ ਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ 2021 ਦੇ ਵਿੱਚ ਮਹਾਮਾਰੀ ਦੇ ਸਮੇਂ ਇਹ ਗਿਣਤੀ ਕੇਵਲ 2225 ਸੀ 1 ਅਕਤੂਬਰ ਤੋਂ ਸ਼ੁਰੂ ਹੋਏ ਇਸ ਵਿੱਤੀ ਸਾਲ ਦੇ ਵਿੱਚ 16622 ਹੋਰ ਵੀ ਆਏ ਨੇ ਭਾਰਤੀਆਂ ਦਾ ਅਮਰੀਕਾ ਦੇ ਵਿੱਚ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦਾ ਤੀਜਾ ਸਭ ਤੋਂ ਵੱਡਾ ਸਮੂਹ ਹੈ ਜਿਸ ਦੀ ਅਗਵਾਈ ਫਿਕਸਰਾਂ ਦੁਆਰਾ ਕੀਤੀ ਜਾ ਰਹੀ ਹੈ ਜੋ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਸੰਯੁਕਤ ਰਾਜ ਅਮਰੀਕਾ ਤੱਕ ਪਹੁੰਚਣ 'ਚ ਮਦਦ ਕਰਨ ਦੇ ਲਈ 1 ਲੱਖ ਡਾਲਰ ਤੱਕ ਵਸੂਲਦੇ ਨੇ ਕੁਝ ਪ੍ਰਵਾਸੀ ਮੈਕਸੀਕੋ ਜਾਂ ਕੈਨੇਡਾ ਪਹੁੰਚਣ ਤੋਂ ਪਹਿਲਾਂ ਕਈ ਦੇਸ਼ਾਂ ਵਿੱਚੋਂ ਲੰਘਦੇ ਨੇ ਫਿਰ ਆਖਰਕਾਰ ਅਮਰੀਕਾ ਦੀ ਸਰਹੱਦ ਪਾਰ ਕਰਦੇ ਨੇ ਮੈਰੀਲੈਂਡ ਸਥਿਤ ਇੱਕ ਇਮੀਗ੍ਰੇਸ਼ਨ ਵਕੀਲ ਨੇ ਕਿਹਾ ਕਿ ਨੇੜੇ ਆ ਰਹੀਆਂ ਚੋਣਾਂ ਖੋਰ ਲੋਕਾਂ ਨੂੰ ਕ੍ਰੋਸਿੰਗ ਦੇ ਲਈ ਪ੍ਰੇਰਿਤ ਕਰ ਸਕਦੀਆਂ ਨੇ ਭਾਰਤੀ ਦੂਤਘਰ ਨੇ ਕਾਨੂੰਨੀ ਦਾਖਲੇ ਦੀ ਸਹੂਲਤ ਦਿੰਦੇ ਹੋਏ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਮਨੁੱਖੀ ਤਸਕਰੀ ਨਾਲ ਨਜਿੱਠਣ ਦੇ ਲਈ ਅਮਰੀਕੀ ਸਰਕਾਰ ਨਾਲ ਸਹਿਯੋਗ ਕਰਨ ਦਾ ਵਾਅਦਾ ਕੀਤਾ ਹੈ ਜੇਕਰ ਤੁਸੀਂ ਫਲਾਈਟ ਜ਼ਰੀਏ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਬੁਕਿੰਗ ਤੋਂ ਪਹਿਲਾਂ ਟਿਕਟਾਂ ਦੀ ਕੀਮਤ ਇੱਕ ਵਾਰੀ ਦੁਬਾਰਾ ਚੈੱਕ ਕਰਨੀ ਜ਼ਰੂਰੀ ਹੋ ਗਈ ਹੈ ਕਿਉਂਕਿ ਪ੍ਰਮੁੱਖ ਹਵਾਈ ਮਾਰਕਾਂ ਤੇ ਸਪੌਟ ਕਿਰਾਏ 'ਚ 38 ਫੀਸਦੀ ਦਾ ਵਾਧਾ ਹੋਇਆ ਕਲੀਅਰ ਟ੍ਰਿਪ ਦੇ ਅੰਕੜਿਆਂ ਦੇ ਹਿਸਾਬ ਦੇ ਨਾਲ ਜਿਨ੍ਹਾਂ ਰੂਟਾਂ ਤੇ 에ਅਰਲਾਈਨ ਵਿਸਤਾਰਾ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਸੀ ਉਹਨਾਂ ਰੂਟਾਂ ਤੇ ਕਿਰਾਏ ਦੇ ਵਿੱਚ ਕਾਫੀ ਵਾਧਾ ਹੋਇਆ ਵਿਸਤਾਰਾ ਦੇ ਕਈ ਪਾਇਲਟਾਂ ਨੇ ਬਿਮਾਰੀ ਦਾ ਹਵਾਲਾ ਦਿੰਦੇ ਹੋਏ ਸਮੂਹਿਕ ਛੁੱਟੀ ਲੈ ਲਈ ਜਿਸ ਕਾਰਨ ਕੰਪਨੀ ਨੂੰ ਦਿੱਲੀ ਇੰਦੌਰ ਦਿੱਲੀ ਸ਼ਿਰੀਨਗਰ ਬੰਬਈ ਕੋਚੀ ਤੇ ਬੈਂਗਲੁਰੂ ਉਦੈਪੁਰ ਵਰਗੇ ਰੂਟਾਂ ਤੇ 52 ਉਡਾਣਾਂ ਰੱਦ ਕਰਨੀਆਂ ਪਈਆਂ ਸੀ ਕਿ ਆਸ ਲਗਾਏ ਜਾ ਰਹੇ ਨੇ ਕਿ 에어 ਇੰਡੀਆ ਦੇ ਨਾਲ ਵਿਸਤਾਰਾ ਦੇ ਪ੍ਰਸਤਾਵਿਤ ਰਲੇਵੇਂ ਦੇ ਤਹਿਤ ਪੇਸ਼ ਕੀਤੇ ਗਏ ਨਵੇਂ ਤਨਖਾਹ ਢਾਂਚੇ ਦੇ ਵਿਰੋਧ ਵਿੱਚ ਇਹ ਪਾਇਲਟ ਛੁੱਟੀ ਤੇ ਚਲੇ ਗਏ ਨੇ ਕਲੀਅਰ ਟ੍ਰਿਪ ਦੇ ਅੰਕੜਿਆਂ ਦੇ ਅਨੁਸਾਰ ਬੰਗਲੌਰ ਉਦਯਪੁਰ ਮਾਰਗ ਦੇ ਔਸਤ ਸਪਾਟ ਕਿਰਾਇਆ 2 ਅਪ੍ਰੈਲ ਨੂੰ ਲਗਭਗ 38% ਵੱਧ ਕੇ 6049 ਰੁਪਏ ਹੋ ਗਿਆ ਜੋ ਕਿ 5 ਮਾਰਚ ਨੂੰ 4368 ਰੁਪਏ ਸੀ 2 ਅਪ੍ਰੈਲ ਨੂੰ ਦਿੱਲੀ ਸ਼ਿਰੀ ਨਗਰ ਰੂਟ ਤੇ ਹਵਾਈ ਕਿਰਾਇਆ 5 ਮਾਰਚ ਦੇ ਕਿਰਾਏ ਦੇ ਮੁਕਾਬਲੇ ਲਗਭਗ 30% ਵੱਧ ਗਿਆ ਸੀ ਹਵਾਵਾਜ਼ੀ ਉਦਯੋਗ ਦੇ ਸੂਤਰਾਂ ਦੇ ਅਨੁਸਾਰ ਬੈਂਗਲੁਰੂ ਉਦੈਪੁਰ ਰੂਟ ਤੇ ਕਿਰਾਏਚ ਭਾਰੀਵਾਦਾ ਇਸ ਲਈ ਵੀ ਹੈ ਕਿਉਂਕਿ ਦੋਵਾਂ ਸ਼ਹਿਰਾਂ ਵਿਚਾਲੇ ਰੋਜ਼ਾਨਾ ਕੇਵਲ 2 ਉਡਾਣਾਂ ਨੇ ਸੂਤਰਾਂ ਦੇ ਮੁਤਾਬਕ ਵਿਸਥਾਰਾਂ ਨੇ ਵੀ ਕਰੀਬ 25 ਉਡਾਣਾਂ ਰੱਦ ਕਰ ਦਿੱਤੀਆਂ ਨੇ ਵਿਸਥਾਰਾ ਟਾਟਾ ਗਰੁੱਪ ਅਤੇ ਸਿੰਗਾਪੁਰ 에ਅਰਲਾਈਨਸ ਦਾ ਸਾਂਝਾ ਉਦਮ ਹੈ ਜੋ ਰੋਜ਼ਾਨਾ 350 ਉਡਾਣਾਂ ਚਲਾਉਂਦਾ ਹੈ ਫਲਾਈਟ ਦੇ ਰਵਾਨਗੀ ਤੋਂ 24 ਘੰਟੇ ਪਹਿਲਾਂ ਖਰੀਦੀ ਗਈ ਟਿਕਟ ਦੀ ਕੀਮਤ ਨੂੰ ਸਪੌਟ 에ਅਰ ਫੇਅਰ ਕਿਹਾ ਜਾਂਦਾ ਹੈ ਸੂਤਰਾਂ ਨੇ ਕਿਹਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਹਵਾਈ ਕਿਰਾਏ ਵਿੱਚ ਵਾਧਾ ਘਟ ਹੋਣ ਦੀ ਉਮੀਦ ਹੈ ਕਿਉਂਕਿ ਉਡਾਣਾਂ ਰੱਦ ਹੋਣ ਦੇ ਮਾਮਲੇ ਵਿੱਚ ਘਟ ਜਾਣਗੇ ਤੇ 에ਅਰਲਾਈਨਾਂ ਆਪਣੇ ਆਮ ਕਾਰਜਕਾਰ ਕਰਮ ਦੇ ਅਨੁਸਾਰ ਉਡਾਣਾਂ ਚਲਾਉਣਗੀਆਂ ਸ਼ੁਰੂ ਕਰ ਦੇਣਗੀਆਂ ਨਵੇਂ ਤਨਖਾਹ ਢਾਂਚੇ ਦੇ ਤਹਿਤ ਵਿਸਤਾਰਾਂ ਦੇ ਪਾਇਲਟਾਂ ਨੂੰ 40 ਘੰਟੇ ਦੇ ਨਿਰਧਾਰਤ ਉਡਾਣ ਸਮੇਂ ਦੇ ਆਧਾਰ ਤੇ ਭੁਗਤਾਨ ਕੀਤਾ ਜਾਏਗਾ ਜਦੋਂ ਕਿ ਮੌਸਮ ਸਮੇਂ ਦੇ ਵਿੱਚ ਯਾਨੀ ਕਿ ਜਿਹੜਾ ਮੌਜੂਦਾ ਸਮਾਂ ਹੈ ਉਸ ਦੇ ਵਿੱਚ ਉਹਨਾਂ ਨੂੰ 70 ਘੰਟਿਆਂ ਦੇ ਆਧਾਰ ਤੇ ਭੁਗਤਾਨ ਕੀਤਾ ਜਾਂਦਾ ਹੈ ਇਸ ਦੇ ਨਾਲ ਉਹਨਾਂ ਨੂੰ ਵਾਧੂ ਉਡਾਣ ਦੇ ਘੰਟਿਆਂ ਲਈ ਮੁਆਵਜ਼ਾ ਦਿੱਤਾ ਜਾਏਗਾ ਅਤੇ 에ਅਰਲਾਈਨ ਦੇ ਵਿੱਚ ਸੇਵਾ ਦੇ ਸਾਲਾਂ ਦੇ ਆਧਾਰ ਤੇ ਰਿਵਾਰਡ ਵਜੋਂ ਵਾਧੂ ਰਕਮ ਮਿਲ ਸਕਦੀ ਹੈ ਵਿਜ਼ਟਰ ਵੀਜ਼ਾ ਦੀਆਂ ਸ਼ਰਤਾਂ ਦੇ ਵਿੱਚ ਢਿੱਲ ਦੇਣੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਸੰਭਾਵਿਤ ਤੌਰ ਤੇ ਮਹਿੰਗੀ ਪਈ ਹੈ ਅਤੇ ਹੁਣ ਇਸ ਤੇ ਅਣਕਿਆਸੀ ਸਿੱਟੇ ਸਾਹਮਣੇ ਵੀ ਆਉਣ ਲੱਗੇ ਨੇ ਟੋਰਾਂਟੋ ਸਟਾਰ ਦੇ ਵੱਲੋਂ ਸਰਕਾਰੀ ਦਸਤਾਵੇਜ਼ ਦੇ ਹਵਾਲੇ ਨਾਲ ਪ੍ਰਕਾਸ਼ਿਤ ਰਿਪੋਰਟ ਕਹਿੰਦੀ ਹੈ ਕਿ ਸਪੈਸ਼ਲ ਪ੍ਰੋਗਰਾਮ ਦੇ ਦੌਰਾਨ ਵਿਜ਼ਟਰ ਵੀਜ਼ਾ ਹਾਸਲ ਕਰਨ ਵਾਲੇ 1,52,400 ਜਣਿਆਂ ਦੇ ਵਿੱਚੋਂ 19,400 ਨੇ ਕੈਨੇਡਾ ਦੇ ਵਿੱਚ ਪਨਾਹ ਦਾ ਦਾਅਵਾ ਪੇਸ਼ ਕਰ ਦਿੱਤਾ ਕੇਵਲ ਇੱਥੇ ਹੀ ਬਸ ਨਹੀਂ ਹੈ ਸੁਪਰ ਵੀਜ਼ਾ ਇੱਥੇ ਆਏ ਕੁਝ ਵਿਦੇਸ਼ੀ ਨਾਗਰਿਕ ਵੀ ਪੱਕੇ ਤੌਰ ਤੇ ਇੱਥੇ ਰਹਿਣਾ ਚਾਹੁੰਦੇ ਨੇ ਇਮੀਗ੍ਰੇਸ਼ਨ ਮਾਇਰਾਂ ਦੇ ਮੁਤਾਬਕ ਇਹ ਅੰਕੜਾ ਬਹੁਤ ਜ਼ਿਆਦਾ ਬਣਦਾ ਹੈ ਕਿਉਂਕਿ 2019 ਤੱਕ 57 ਲੱਖ ਟੈਂਪਰੇਰੀ ਰੈਜ਼ੀਡੈਂਟ ਵੀਜ਼ੇ ਜਾਰੀ ਕੀਤੇ ਗਏ ਜਿਨ੍ਹਾਂ ਚੋਂ 58378 ਨੇ ਮੁਲਕ ਵਿੱਚ ਪਨਾਹ ਮੰਗੀ ਇਸ ਅੰਕੜੇ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਵਿਦੇਸ਼ੀ ਕਾਮੇ ਅਤੇ ਅਮਰੀਕਾ ਦੇ ਰਸਤੇ ਦਾਖਲ ਹੋਏ ਗੈਰ ਕਾਨੂੰਨੀ ਪ੍ਰਵਾਸੀ ਵੀ ਸ਼ਾਮਲ ਸੀ ਜਿਸ ਦੇ ਮੱਦੇ ਨਜ਼ਰ ਵਿਜ਼ਟਰ ਵੀਜ਼ਾ ਤੇ ਆਏ ਲੋਕਾਂ ਦੇ ਵੱਲੋਂ ਪਨਾਹ ਮੰਗਣ ਦਾ ਅੰਕੜਾ ਜ਼ਿਆਦਾ ਨਹੀਂ ਬਣਦਾ ਕੈਨੇਡਾ ਦੇ ਵਿੱਚ 2023 ਦੇ ਦੌਰਾਨ 138000 ਅਸਾਈਲਮ ਕਲੇਮ ਦਾਖਲ ਕੀਤੇ ਗਏ ਜਿਨ੍ਹਾਂ ਵਿਜ਼ਟਰ ਵੀਜ਼ਾ ਵਾਲੇ ਤਕਰੀਬਨ 14% ਬਣਦੇ ਨੇ ਇਹ ਅੰਕੜਾ ਹੋਰ ਵਧਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿਉਂਕਿ ਵੀਜ਼ਾ ਐਕਸਪਾਇਰ ਹੋਣ ਦੀ ਸੂਰਤ ਵਿੱਚ ਹੋਰ ਜ਼ਿਆਦਾ ਵਿਦੇਸ਼ੀ ਨਾਗਰਿਕ ਰਿਫਿਊਜੀ ਕਲੇਮ ਦਾਇਰ ਕਰਨਗੇ ਕੈਲਗਰੀ ਦੇ ਇਮੀਗ੍ਰੇਸ਼ਨ ਵਕੀਲ ਰਾਜ ਸ਼ਰਮਾ ਨੇ ਦੱਸਿਆ ਕਿ ਵਿਜ਼ਟਰ ਵੀਜ਼ਾ ਦਾ ਸਪੈਸ਼ਲ ਪ੍ਰੋਗਰਾਮ ਦਸੰਬਰ ਦੇ ਵਿੱਚ ਖਤਮ ਹੋ ਗਿਆ ਤੇ ਇਸ ਤਹਿਤ 6 ਮਹੀਨੇ ਦਾ ਵੀਜ਼ਾ ਦਿੱਤਾ ਜਾਂਦਾ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਹਜ਼ਾਰਾਂ ਵਿਦੇਸ਼ੀਆਂ ਦੇ ਵੀਜ਼ੇ ਖਤਮ ਹੋਣਗੇ ਤੇ ਅਸਾਈਲਮ ਦੇ ਦਾਅਵਿਆਂ ਦੇ ਵਿੱਚ ਮੋਟਾ ਵਾਅਦਾ ਹੋ ਸਕਦਾ ਹੈ ਚੇਤੇ ਰਹਿ ਕੇ 28 ਫਰਵਰੀ 2023 ਤੋਂ 7 ਦਸੰਬਰ 2023 ਤੱਕ ਲਾਗੂ ਰਹੇ ਸਪੈਸ਼ਲ ਪ੍ਰੋਗਰਾਮ ਦਾ ਵਿੱਤੀ ਸਰੋਤਾਂ ਦੇ ਸਬੂਤ ਪੇਸ਼ ਕਰਨ ਦੀ ਕੋਈ ਬੰਦਿਸ਼ ਨਹੀਂ ਸੀ ਸਪੈਸ਼ਲ ਪ੍ਰੋਗਰਾਮ ਲਾਗੂ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਨੇ ਇੱਕ ਸਰਕਾਰੀ ਨੋਟ ਦੇ ਵਿੱਚ ਲਿਖਿਆ ਸੀਗਾ ਕਿ ਕਰੋਨਾ ਮਹਾਮਾਰੀ ਲੰਘ ਚੁੱਕੀ ਹੈ ਅਤੇ ਕੁਮਾਂਤਰੀ ਆਵਾਜਾਈ ਦੇ ਵਿੱਚ ਤੇਜ਼ੀ ਆ ਰਹੀ ਹੈ ਜਿਸ ਤੇ ਮੱਦੇਨਜ਼ਰ ਮੁਲਕ ਦੇ ਅਰਥਚਾਰੇਵਲ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਫ੍ਰਾਂਸ ਤੋਂ ਖਤਰਨਾਕ ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਬ੍ਰਿਟੇਨ ਜਾਣ ਦੀ ਕੋਸ਼ਿਸ਼ ਦੇ ਦੌਰਾਨ ਮੰਗਲਵਾਰ ਨੂੰ ਇੱਕ ਬੱਚੇ ਸਮੇਤ ਪੰਜ ਪ੍ਰਵਾਸੀਆਂ ਦੀ ਮੌਤ ਹੋ ਗਈ ਫ੍ਰਾਂਸੀਸੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ ਇਹ ਘਟਨਾ ਬ੍ਰਿਟੇਨ ਦੀ ਸਰਕਾਰ ਵੱਲੋਂ ਪ੍ਰਵਾਸੀ ਦੇਸ਼ ਨਿਕਾਲੇ ਬਿੱਲ ਨੂੰ ਮਨਜ਼ੂਰੀ ਦੇਣ ਦੇ ਕੁਝ ਘੰਟਿਆਂ ਬਾਅਦ ਹੀ ਸਾਹਮਣੇ ਆ ਗਈ ਸੀ ਜੀ ਹਾਂ ਇੱਕ ਅਖਬਾਰ ਵਿੱਚ ਪ੍ਰਕਾਸ਼ਿਤ ਖਬਰ ਚ ਕਿਹਾ ਗਿਆ ਹੈ ਕਿ ਉੱਤਰੀ ਫਰਾਂਸ ਦੇ ਵੀ ਮੇ ਰੋਕਸ ਬੀਚ ਤੇ ਮੰਗਲਵਾਰ ਨੂੰ ਪੰਜ ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਅਖਬਾਰ ਦੇ ਮੁਤਾਬਕ ਘਟਨਾ ਥਾਂ ਤੇ ਬਚਾਅ ਕਾਰਜ ਜਾਰੀ ਹੈ ਅਤੇ ਇਸ ਦੇ ਲਈ ਕਿਸ਼ਤੀ ਅਤੇ ਹੈਲੀਕਾਪਟਰ ਦੀ ਸੇਵਾ ਲਈ ਜਾ ਰਹੀ ਸੀ ਅਖਬਾਰ ਦੇ ਵਿੱਚ ਦੱਸਿਆ ਗਿਆ ਸੀ ਕਿ ਇਸ ਹਾਦਸੇ ਵਿੱਚ 100 ਦੇ ਕਰੀਬ ਪ੍ਰਵਾਸੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ ਉਹਨਾਂ ਨੂੰ ਫ੍ਰਾਂਸਸੀ ਜਲ ਸੈਨਾ ਦੇ ਜਹਾਜ਼ ਰਾਹੀਂ ਬਲੋਗਨੇ بندرਗਾਹ ਤੇ ਲਜਾਇਆ ਜਾਣਾ ਸੀਗਾ ਕਿ ਘਟਨਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੋਨਕ ਦੇ ਕੁਝ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਵਾਂਡਾ ਭੇਜਣ ਦੇ ਫੈਸਲੇ ਤੇ ਬ੍ਰਿਟਿਸ਼ ਸੰਸਦ ਵੱਲੋਂ ਮੋਹਰ ਲਗਾਏ ਜਾਣ ਦੇ ਕੁਝ ਘੰਟਿਆਂ ਬਾਅਦ ਵਾਪਰੀ ਦਨਸਲ ਬ੍ਰਿਟਿਸ਼ ਸਰਕਾਰ ਨੇ ਛੋਟੀਆਂ ਕਿਸ਼ਤੀਆਂ ਤੇ ਗੈਰਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਦਾਖਲ ਹੋਣ ਵਾਲੇ ਸ਼ਰਨਾਰਥੀਆਂ ਨੂੰ ਡਿਪੋਰਟ ਕਰਨ ਦੀ ਯੋਜਨਾ ਬੜਾਈ ਹੈ ਇਹ ਪ੍ਰਵਾਸੀ ਆਪਣੀ ਜਾਨ ਖਤਰੇ ਵਿੱਚ ਪਾ ਕੇ ਗੈਰਕਾਨੂੰਨੀ ਢੰਗ ਦੇ ਨਾਲ ਬ੍ਰਿਟੇਨ ਆਉਂਦੇ ਨੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਕਾਨੂੰਨ ਨੂੰ ਅਣਮਨੁੱਖੀ ਅਤੇ ਬੇਰਹਿਮ ਦੱਸਿਆ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਤੇਜ਼ ਹਨੇਰੀ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਇਸ ਸੰਬੰਧੀ ਚੇਤਾਵਨੀ ਜਾਰੀ ਕੀਤੀ ਕੇਂਦਰ ਦੇ ਡਾਇਰੈਕਟਰ ਏ ਕੇ ਸਿੰਘ ਦਾ ਕਹਿਣਾ ਹੈ ਕਿ ਬੀਰਵਾਰ ਤੋਂ ਪੱਛਮੀ ਗੜਬੜੀ ਸਰਗਰਮ ਹੋਣੀ ਹੈ ਜਿਸ ਦਾ ਅਸਰ ਸ਼ੁੱਕਰਵਾਰ ਨੂੰ ਵੀ ਦੇਖਣ ਨੂੰ ਮਿਲੇਗਾ ਨਾਲ ਹੀ ਸ਼ਨੀਵਾਰ ਨੂੰ ਕਈ ਥਾਵਾਂ 'ਤੇ ਮੀਂਹ ਤੇ ਗੜ੍ਹੇ ਵੀ ਪੈ ਸਕਦੇ ਨੇ ਇਸ ਤੋਂ ਇਲਾਵਾ 40 ਤੋਂ 50 ਕਿਲੋਮੀਟਰ ਪ੍ਰਤੀ ਕੰਡਾ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ ਇਸ ਦੇ ਲਈ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ 'ਚ ਚੇਤਾਵਨੀ ਜਾਰੀ ਕੀਤੀ ਗਈ ਹੈ ਕੇਂਦਰ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਚਵਤਾ ਦੇਖਿਆ ਜਾ ਸਕਦਾ ਹੈ ਕਿਸੇ ਵੀ ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਪਹਿਲਾਂ ਦਿਨ ਦੇ ਤਾਪਮਾਨ ਦੇ ਵਿੱਚ ਵਾਧਾ ਹੁੰਦਾ ਹੈ ਮੌਸਮ ਕੇਂਦਰ ਨੇ ਮੀਂਹ ਦੇ ਮੱਦੇ ਨਜ਼ਰ ਕਿਸਾਨਾਂ ਨੂੰ ਅਲਰਟ ਦਿੱਤਾ ਹੈ ਕੇਂਦਰ ਨੇ ਕਿਹਾ ਕਿ ਹਾੜੀ ਦੀਆਂ ਫਸਲਾਂ ਕਣਕ ਸਰੋਂ ਤੇ ਹੋਰ ਕਈ ਫਸਲਾਂ ਦੇ ਪੱਕਣ ਅਤੇ ਬਾੜੀ ਦੇ ਨੇੜੇ ਹੋਣ ਦੇ ਮੱਦੇ ਨਜ਼ਰ ਫਸਲਾਂ ਨੂੰ ਸੁਰੱਖਿਅਤ ਥਾਂ ਤੇ ਰੱਖਿਆ ਜਾਏ ਸਿੰਚਾਈ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਕਿਸਾਨ ਮੁਤਲਕ ਕਰਨ ਇਸ ਸੰਬੰਧ ਵਿੱਚ ਜਾਰੀ ਕੀਤੀ ਵਿਸਤ੍ਰਿਤ ਖੇਤੀਬਾੜੀ ਸਲਾਹ ਦੀ ਪਾਲਣਾ ਕਰਨ ਵਾਈਟ ਹਾਊਸ ਹੁਣ ਆਤਮ ਹੱਤਿਆ ਦੀ ਰੋਕਥਾਮ ਦੇ ਲਈ ਆਪਣੀ ਨਵੀਂ ਰਾਸ਼ਟਰੀ ਰਣਨੀਤੀ ਦਾ ਪਰਦਾਫਾਸ਼ ਕਰੇਗਾ ਜਿਸ ਦੇ ਵਿੱਚ ਦੋ ਭਾਰਤੀ ਅਮਰੀਕੀਆਂ ਨੀਰਾ ਟੰਡਨ ਅਤੇ ਡਾਕਟਰ ਵਿਵੇਕ ਮੂਰਤੀ ਮੁੱਖ ਸਖਸ਼ੀਅਤਾਂ ਦੇ ਵਜੋਂ ਸ਼ਾਮਲ ਨੇ ਡਾਕਟਰ ਵਿਵੇਕ ਮੂਰਤੀ ਸੰਯੁਕਤ ਰਾਸ਼ਟਰ ਸਰਜਨ ਜਰਨਲ ਨੇ ਜਦੋਂ ਕਿ ਟੰਡਨ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਨੂੰ ਘਰੇਲੂ ਨੀਤੀ ਬਾਰੇ ਸਲਾਹ ਦਿੰਦੇ ਨੇ ਬਾਅਦ ਵਿੱਚ ਵਾਈਟ ਹਾਊਸ ਦੇ ਇੱਕ ਸਮਾਗਮ ਦੇ ਵਿੱਚ ਆਤਮ ਹੱਤਿਆ ਰੋਕਥਾਮ ਦੇ ਲਈ 2024 ਦੀ ਰਾਸ਼ਟਰੀ ਰਣਨੀਤੀ ਪੇਸ਼ ਕੀਤੀ ਜਾਏਗੀ ਇਹ ਰਣ ਨੀਤੀ ਓਪੀਓਡ ਮਹਾਮਾਰੀ ਨੂੰ ਖਤਮ ਕਰਨ ਅਤੇ ਮਾਨਸਿਕ ਸਿਹਤ ਨੂੰ ਸੁਧਾਰਨ ਦੇ ਰਾਸ਼ਟਰਪਤੀ ਬਾਈਡਨ ਦੇ ਇਕਤਾ ਏਜੰਡੇ ਦੇ ਟੀਚਿਆਂ ਨੂੰ ਹਾਸਲ ਕਰਨ 'ਚ ਮਦਦ ਕਰੇਗੀ ਟੰਡਨ ਨੇ ਕਿਹਾ ਕਿ ਪੀੜਤਾ ਨੂੰ ਘਟਾਉਣ ਅਤੇ ਖੁਦਕੁਸ਼ੀ ਨੂੰ ਰੋਕਣ ਦੇ ਲਈ ਅਸੀਂ ਸਭ ਕੁਝ ਕਰਨਾ ਰਾਸ਼ਟਰਪਤੀ ਬਾਈਡਨ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ ਅਤੇ ਅਮਰੀਕੀ ਲੋਕਾਂ ਦੀ ਸੇਤ ਅਤੇ ਤੰਦਰੁਸਤੀ ਦੇ ਵਿੱਚ ਸੁਧਾਰ ਕਰਨ ਦਾ ਇਸ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਓਪੀਓਡ ਮਹਾਮਾਰੀ ਅਤੇ ਦੇਸ਼ ਦੇ ਮਾਨਸਿਕ ਸਿਹਤ ਸੰਕਟਾਂ ਦਾ ਮੁਕਾਬਲਾ ਕਰਨ ਲਈ ਵਾਈਡਨ ਹੈਰਿਸ ਪ੍ਰਸ਼ਾਸਨ ਨੇ ਕਈ ਪਹਿਲ ਕਦਮੀਆਂ ਸ਼ੁਰੂ ਕੀਤੀਆਂ ਨੇ ਇਸ ਤੋਂ ਇਲਾਵਾ ਉਹ ਖੁਦਕੁਸ਼ੀ ਨੂੰ ਰੋਕਣ ਦੇ ਲਈ ਇੱਕ ਨਵੀਂ ਫੈਡਰਲ ਐਕਸ਼ਨ ਪਲਾਨ ਅਤੇ ਰਾਸ਼ਟਰੀ ਰਣਨੀਤੀ ਦੇ ਉਦਘਾਟਨ ਦਾ ਐਲਾਨ ਕਰਕੇ ਬੇहद ਖੁਸ਼ ਸਨ ਖੁਦਕੁਸ਼ੀਆਂ ਦੀ ਮਹਾਮਾਰੀ ਜਨਤਕ ਸਿਹਤ ਦੇ ਖੇਤਰ ਵਿੱਚ ਇੱਕ ਵੱਡੀ ਚਿੰਤਾ ਹੈ 2022 ਦੇ ਵਿੱਚ ਅਮਰੀਕਾ ਦੇ ਵਿੱਚ ਖੁਦਕੁਸ਼ੀਆਂ ਦੀ ਗਿਣਤੀ 49000 ਨੂੰ ਪਾਰ ਕਰ ਗਈ ਸੀ ਵਾਈਟ ਹਾਊਸ ਦੀ ਇੱਕ ਸੂਚਨਾ ਸ਼ੀਟ ਵਿੱਚ ਕਿਹਾ ਗਿਆ ਕਿ ਇਹ ਹਰ 11 ਮਿੰਟਾਂ ਵਿੱਚ ਇੱਕ ਮੌਤ ਦੇ ਬਰਾਬਰ ਹੈ ਸੰਯੁਕਤ ਰਾਜ ਅਮਰੀਕਾ ਵਿੱਚ ਵੱਧ ਰਹੀ ਖੁਦਕੁਸ਼ੀ ਦਰ ਦਾ ਅਸਰ ਭਾਰਤੀ ਅਮਰੀਕੀਆਂ ਲਈ ਵੀ ਹੈ ਹਾਲਾਂਕਿ ਕੋਈ ਅਧਿਕਾਰਤ ਅੰਕੜੇ ਉਪਲਬਧ ਨਹੀਂ ਹਨ ਸੀਨੀਅਰ ਪ੍ਰਸ਼ਾਸਨਕ ਅਧਿਕਾਰੀ ਇਕੱਠ ਸੇਵਾ ਵਾਲੇ ਅਤੇ ਜੋਖਮ ਵਾਲੇ ਭਾਈਚਾਰਿਆਂ ਦੀਆਂ ਚਿੰਤਾਵਾਂ ਨੂੰ ਸੰਬੋਧਿਤ ਕਰਨਗੇ ਅਤੇ ਸਮਾਗਮ ਦੌਰਾਨ ਨਵੀਂ ਯੋਜਨਾ ਪੇਸ਼ ਕਰਨਗੇ ਰਣਨੀਤੀ ਪਾੜੇ ਨੂੰ ਪਰੰਦੇ ਲਈ ਖਾਸ ਸਿਫਾਰਸ਼ਾਂ ਦਿੰਦੀ ਹੈ ਇਹ ਯੋਜਨਾ ਪਹਿਲੀ ਪਹਿਲੀ ਫੈਡਰਲ ਐਕਸ਼ਨ ਪਲਾਨ ਦੇ ਨਾਲ ਹੋਏਗੀ ਜੋ ਕਿ ਇੱਕ ਸੀਨੀਅਰ ਪ੍ਰਸ਼ਾਸਨਕ ਅਧਿਕਾਰੀਆਂ ਦੇ ਅਨੁਸਾਰ 200 ਤੋਂ ਵੱਧ ਵੱਖਰੀਆਂ ਪਹਿਲ ਕਦਮੀਆਂ ਦੀ ਸੂਚੀ ਹੈ ਜੋ ਪੂਰੇ ਪ੍ਰਸ਼ਾਸਨ ਦੇ ਵਿੱਚ ਸੰਗੀ ਭਾਈਵਾਲ ਅਗਲੇ 3 ਸਾਲਾਂ ਵਿੱਚ ਲਾਂਚ ਕਰਨਗੇ ਤੇ ਮੁਲਾਂਕਣ ਕਰਨਗੇ। ਮਹਾਸ਼ਕਤੀ ਦੇਸ਼ ਅਮਰੀਕਾ ਨੇ ਈਰਾਨ ਦੇ ਨਾਲ ਵਪਾਰਕ ਸੌਦਿਆਂ ਨੂੰ ਲੈ ਕੇ ਪਾਕਿਸਤਾਨ ਨੂੰ ਚੇਤਾਵਨੀ ਦੇ ਦਿੱਤੀ ਹੈ ਇਸ ਨੇ ਈਰਾਨ ਨਾਲ ਵਪਾਰਕ ਸੌਦਿਆਂ ਤੇ ਵਿਚਾਰ ਕਰਨ ਤੋਂ ਪਹਿਲਾਂ ਪਾਬੰਦੀਆਂ ਦੇ ਦੋਖਮ ਤੇ ਵਿਚਾਰ ਕਰਨ ਦੀ ਆਗਿਆ ਦਿੱਤੀ ਹੈ ਇਸੇ ਤਰ੍ਹਾਂ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵਿਦਾਂਤ ਪਟੇਲ ਨੇ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦੇ ਲਈ ਸਮਾਨ ਸਪਲਾਈ ਕਰਨ ਵਾਲੇ ਦੇਸ਼ਾਂ ਤੇ ਪਾਬੰਦੀਆਂ ਵੀ ਲਗਾਈਆਂ ਜਾਣਗੀਆਂ ਅਤੇ ਅਸੀਂ ਸਮੂਹਿਕ વિનાਸ਼ਕਾਰੀ ਸੰਗਠਨਾਵਾਂ ਦੇ ਹਥਿਆਰਾਂ ਦੇ ਬਰਸਾਰ ਵਿਰੁੱਧ ਪਾਬੰਦੀਆਂ ਲਗਾਵਾਂਗੇ ਜਿੱਥੇ ਵੀ ਉਹ ਹੁੰਦੇ ਨੇ ਅਸੀਂ ਕਾਰਵਾਈ ਕਰਦੇ ਰਹਾਂਗੇ ਖਾਸ ਤੌਰ ਤੇ ਪਾਕਿਸਤਾਨ ਨੂੰ ਈਰਾਨ ਨਾਲ ਵਪਾਰਕ ਸੌਦੇ ਕਰਨ ਤੋਂ ਪਹਿਲਾਂ ਪਾਬੰਦੀਆਂ ਦੇ ਖਤਰੇ ਤੇ ਵਿਚਾਰ ਕਰਨਾ ਚਾਹੀਦਾ ਹੈ ਵਿਦਾਂਤ ਪਟੇਲ ਨੇ ਕਿਹਾ ਅਸੀਂ ਦੇਖਿਆ ਹੈ ਕਿ ਚੀਨ ਅਤੇ ਪਾਕਿਸਤਾਨ ਪਾਕਿਸਤਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦੇ ਲਈ ਸਾਜ਼ੋ ਸਮਾਨ ਅਤੇ ਨਗਰੀ ਸਪਲਾਈ ਕਰ ਰਹੇ ਨੇ ਈਰਾਨ ਦੇ ਰਾਸ਼ਟਰਪਤੀ ਦੇ ਪਾਕਿਸਤਾਨ ਦੌਰੇ ਦੇ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ 8 ਦਵੱਲੇ ਵਪਾਰਕ ਸਮਝੌਤਿਆਂ ਤੇ ਦਸਤਖਤ ਕੀਤੇ ਗਏ ਪਾਕਿਸਤਾਨ ਦੇ ਸਥਾਨ ਅੰਤਰਰਾਸ਼ਟਰੀ ਮੀਡੀਆ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਸਿਆਸੀ ਆਰਥਿਕ ਵਪਾਰਕ ਅਤੇ ਸੱਭਿਆਚਾਰਕ ਸਮਝੌਤਿਆਂ ਤੇ ਦਸਤਖਤ ਕਰਨ ਲਈ ਗੱਲਬਾਤ ਅਜੇ ਵੀ ਚੱਲ ਰਹੀ ਹੈ ਇਸ ਸੰਦਰਭ ਦੇ ਵਿੱਚ ਅਮਰੀਕਾ ਦੀ ਪਾਕਿਸਤਾਨ ਨੂੰ ਦਿੱਤੀ ਚੇਤਾਵਨੀ ਵੀ ਚਰਚਾਂ ਦਾ ਵਿਸ਼ਾ ਬਣੀ ਹੋਈ ਹੈ ਅਮਰੀਕੀ ਸੰਸਦ ਨੇ ਯੂਕਰੇਨ ਅਤੇ ਇਜ਼ਰਾਈਲ ਨੂੰ ਸਹਾਇਤਾ ਦੇਣ ਅਤੇ ਤਾਇਬਾਨ ਸਮੇਤ ਹਿੰਦ-ਪ੍ਰਸ਼ਾਂਤ ਖਿੱਤੇ ਚ ਅਮਰੀਕਾ ਤੇ ਉਸਦੇ ਸਹਿਯੋਗੀਆਂ ਨੂੰ ਸੁਰੱਖਿਆ ਮਜ਼ਬੂਤ ਕਰਨ ਦੇ ਲਈ 95.3 ਅਰਬ ਡਾਲਰ ਦੇ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ। ਸੰਸਦ ਨੇ ਚੀਨੀ ਕੰਪਨੀ ਨੂੰ ਟਿਕਟੌਕ ਵੇਚਣ ਲਈ ਇੱਕ ਸਾਲ ਦਾ ਸਮਾਂ ਦਿੱਤਾ ਤੇ ਜੇਕਰ ਉਹ ਨਾਕਾਮ ਰਹੀ ਤਾਂ ਉਸ ਖਿਲਾਫ ਪਾਬੰਦੀ ਲੱਗ ਸਕਦੀ ਹੈ। ਸੰਸਦ ਦੇ ਵਿੱਚ ਮੰਗਲਵਾਰ ਰਾਤ ਸਹਾਇਤਾ ਪੈਕੇਜ ਨੂੰ ਮਿਲੀ ਮਨਜ਼ੂਰੀ ਨਾਲ ਕਈ ਮਹੀਨਿਆਂ ਤੋਂ جاری ਉਹ ਬੇਯਕੀਨੀ ਦਾ ਮਾਹੌਲ ਖਤਮ ਹੋ ਗਿਆ ਹੈ ਕਿ ਕੀ ਅਮਰੀਕਾ ਵੱਲੋਂ ਰੂਸ ਦੇ ਹਮਲੇ ਖਿਲਾਫ ਯੂਕਰੇਨ ਦੀ ਸਹਾਇਤਾ ਜਾਰੀ ਰੱਖੀ ਜਾਏ ਕੀ ਜਾਣੇ ਬਿਲ ਦੇ ਪੱਖ ਵਿੱਚ 79 ਅਤੇ ਵਿਰੋਧ ਵਿੱਚ 18 ਵੋਟਾਂ ਪਈਆਂ ਪ੍ਰਤੀਨਿਧ ਸਭਾ ਵੱਲੋਂ ਪਾਸ ਇਸ ਬੈਲ ਨੂੰ ਹੁਣ ਰਾਸ਼ਟਰਪਤੀ ਜੋ ਵਾਈਡਨ ਦੇ ਕੋਲ ਦਸਤਖਤ ਲਈ ਭੇਜਿਆ ਗਿਆ ਹੈ ਬਾਈਡਨ ਨੇ ਇੱਕ ਬਿਆਨ ਚ ਕਿਹਾ ਕਿ ਬਲਾਉਂਦੇ ਸਾਰ ਉਹ ਉਸਤੇ ਦਸਤਖਤ ਕਰਨਗੇ ਤਾਂ ਜੋ ਯੂਕਰੇਨ ਨੂੰ ਇਸ ਹਫਤੇ ਹਥਿਆਰ ਅਤੇ ਸਾਜੋ ਸਮਾਨ ਭੇਜਿਆ ਜਾ ਸਕੇ ਬਿਲ ਦੇ ਮਤਬਕ ਯੂਕਰੇਨ ਨੂੰ 60.8 ਅਰਬ ਇਜ਼ਰਾਈਲ ਨੂੰ 26.4 ਅਰਬ ਤਾਈਵਾਨ ਅਤੇ ਹਿੰਦ ਪ੍ਰਸ਼ਾਂਤ ਖਿੱਤੇ ਦੇ ਭਾਈਵਾਲਾਂ ਲਈ 8.1 ਅਰਬ ਡਾਲਰ ਦੀ ਸਹਾਇਤਾ ਦਿੱਤੀ ਜਾਏਗੀ ਇਸ ਤੋਂ ਇਲਾਵਾ ਅਮਰੀਕਾ ਨੇ ਚੀਨ ਦੀ ਮਲਕੀਅਤ ਵਾਲੀ ਬਾਈਟ ਡਾਂਸ ਲਿਮਟਿਡ ਨੂੰ ਟਿਕਟੌਕ ਦੇ ਵਿੱਚ ਆਪਣੀ ਹਿੱਸੇਦਾਰੀ ਵੇਚਣ ਸੰਬੰਧੀ ਵਿਲ ਬੀ ਪਾਸ ਕੀਤਾ ਸੀ ਚੀਨ ਨੇ ਅਮਰੀਕਾ ਵੱਲੋਂ ਤਾਈਵਾਨ ਨੂੰ ਫੌਜੀ ਸਹਾਇਤਾ ਲਈ ਪਾਕਿਸਤਾਨੀ ਕੀਤੇ ਐਲਾਨ ਦੀ ਨਿਖੇਦੀ ਕਰਦੇ ਆ ਕਿਹਾ ਹੈ ਕਿ ਇਸ ਨਾਲ ਤਾਈਵਾਨ 'ਚ ਹਾਲਾਤ ਹੋਰ ਖਤਰਨਾਕ ਬਣ ਜਾਣਗੇ ਚੀਨ ਦਾਵਾ ਕਰਦਾ ਹੈ ਕਿ ਤਾਈਵਾਨ ਉਸ ਦਾ ਇਲਾਕਾ ਹੈ ਤੇ ਜੇ ਲੋੜ ਪਈ ਤਾਂ ਉਹ ਇਸ ਤੇ ਜ਼ਬਰੀ ਕਬਜ਼ਾ ਕਰ ਲਏਗਾ ਤਾਈਵਾਨ ਮਾਮਲੇਵਾਰੀ ਦਫ਼ਤਰ ਨੇ ਕਿਹਾ ਕਿ ਸਹਾਇਤਾ ਅਮਰੀਕਾ ਵੱਲੋਂ ਚੀਨ ਨਾਲ ਕੀਤੇ ਵਾਅਦਿਆਂ ਦੀ ਗੰਭੀਰ ਉਲੰਘਣਾ ਹੈ ਤੇ ਇਸ ਦੇ ਨਾਲ ਤਾਈਵਾਨ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੀਆਂ ਵੱਖਵਾਦੀ ਤਾਕਤਾਂ ਨੂੰ ਗਲਤ ਸੁਨੇਹਾ ਜਾਏਗਾ ਭਾਰਤੀ ਅਮਰੀਕੀ ਪਵਿਨੀ ਪਟੇਲ ਮੰਗਲਵਾਰ ਰਾਤ ਨੂੰ ਪੈਂਸਿਲਵੇਨੀਆ ਤੋਂ ਡੈਮੋਕ੍ਰੈਟਿਕ ਪਾਰਟੀ ਦੀ ਪ੍ਰਾਈਮਰੀ ਵਿੱਚ ਹਾਰ ਕੇ ਮੌਜੂਦਾ ਸੰਸਦ ਮੈਂਬਰ ਸਮਰਲੀ ਨੋ ਵਾਰਮੀ ਕਾਂਗਰੈਸ਼ਨਲ ਡਿਸਟ੍ਰਿਕਟ ਪੈਂਸਿਲਵੇਨੀਆ ਦੀ ਪ੍ਰਾਈਮਰੀ ਵਿੱਚ ਜੇਤੂ ਐਲਾਨਿਆ ਗਿਆ ਲੀ ਨੂੰ 59% ਜਦੋਂ ਕਿ ਪਟੇਲ ਨੂੰ 51% ਵੋਟਾਂ ਨਾਲ ਸਬਰ ਕਰਨਾ ਪਿਆ ਰਾਸ਼ਟਰਪਤੀ ਜੋ ਬਾਈਡਨ ਤੇ ਰਿਪਬਲਿਕਨ ਪਾਰਟੀ ਦੇ ਉਹਨਾਂ ਦੇ ਰਵਾਇਤੀ ਵਿਰੋਧੀ ਟਰੰਪ ਦੋਵਾਂ ਨੇ ਆਸ ਮੁਤਾਬਕ ਪ੍ਰਾਈਮਰੀ ਚੋਣ ਜਿੱਤੀ ਹੈ ਬਾਈਡਨ ਨੂੰ ਡੈਮੋਕ੍ਰੇਟਸ ਤੋਂ 94% ਵੋਟ ਮਿਲਣੇ ਨੇ ਪਟੇਲ ਬਾਈਡਨ ਦੀ ਹਮਾਇਤੀ ਨੇ ਤੇ ਨਾਲ ਦੇ ਨਾਲ ਜਦੋਂ ਕਿ ਲੀ ਰਾਸ਼ਟਰਪਤੀ ਦੀ ਪ੍ਰਮੁੱਖ ਆਲੋਚਕ ਨੇ ਤੇ ਉਹਨਾ ਇਜ਼ਰਾਈਲ ਖਿਲਾਫ ਜੰਗ ਫਲਸਤੀਨ ਦੀ ਹਮਾਇਤ ਕੀਤੀ ਹੈ ਚੋਣ ਨਤੀਜੇ ਆਉਣ ਵਗਰੋਂ ਪਿੱਟਸਵਰਗ ਪੋਸਟ ਗਜ਼ਟ ਨੇ ਕਿਹਾ ਕਿ ਪਟੇਲ ਦੀ ਹਾਰ ਦਰਸਾਉਂਦੀ ਹੈ ਕਿ ਲੀ ਜਹੀ ਪ੍ਰਗਤੀਸ਼ੀਲ ਉਮੀਦਵਾਰ ਹੁਣ ਵੀ ਪਿੱਟਸਵਰਗ ਤੇ ਆਪਣਾ ਦਬਦਬਾ ਕਾਇਮ ਰੱਖ ਸਕਦੀ ਹੈ ਮੂਲ ਰੂਪ ਦੇ ਵਿੱਚ ਭਾਰਤ ਦੇ ਗੁਜਰਾਤ ਨਾਲ ਸੰਬੰਧਤ ਪਟੇਲ ਦੀ ਮਾਂ ਪ੍ਰਵਾਸੀ ਵਜੋਂ ਅਮਰੀਕਾ ਆਏ ਸਨ ਕੈਨੇਡਾ ਤੋਂ ਆਈ ਨੌਜਵਾਨ ਦੀ ਲਾਸ਼ ਥਾਣਾ ਤਿੱਬੜ ਤਹਿਤ ਆਉਂਦੇ ਪਿੰਡ ਕੋਠੇ ਨੇੜੇ ਸਥਿਤ ਫਲਾਈਓਵਰ ਹੇਠੋਂ ਝਾੜੀਆਂ ਚੋਂ ਮਿਲੀ ਹੈ ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਆਲੇ-ਦੁਆਲੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਦੋ ਵਿਅਕਤੀਆਂ ਵੱਲੋਂ ਇੱਕ ਲਾਸ਼ ਕਾਰ ਚ ਲਿਆ ਕੇ ਇੱਥੇ ਸੁੱਟੀ ਗਈ ਹੈ ਇਸ ਤੋਂ ਬਾਅਦ ਪੁਲਿਸ ਨੇ ਜਾਂਚ ਕਰਦਿਆਂ ਦੋ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ ਪੁੱਤਰ ਪਿਤਾ ਨਗਵੰਤ ਸਿੰਘ ਵਾਸੀ ਕੋਟ ਕੇਸਰਾ ਸਿੰਘ थाना ਛੰਡੇਰ ਹਾਲਵਾਸੀ ਫਤਿਹਗੜ ਝੂੜੀਆਂ ਵਚੂ ਹੋਈ ਹੈ ਮ੍ਰਿਤਕ ਜਸ਼ਨਪ੍ਰੀਤ ਸਿੰਘ ਦੇ ਪਿਤਾ ਨਗਵੰਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਪੰਜਾਬ ਪੁਲਿਸ ਵਿੱਚ ਤਾਇਨਾਤ ਸਨ ਉਹਨਾਂ ਦਾ ਲੜਕਾ ਜਸ਼ਨਪ੍ਰੀਤ ਕੈਨੇਡਾ ਰਹਿੰਦਾ ਹੈ ਤੇ ਕਰੀਬ 5 ਮਹੀਨੇ ਪਹਿਲਾਂ ਆਪਣੀ ਭੈਣ ਦੇ ਵਿਆਹ ਦੇ ਲਈ ਪਿੰਡ ਪਰਤਿਆ ਸੀ 2 ਅਪ੍ਰੈਲ ਨੂੰ ਦੁਪਹਿਰ 2 ਵਜੇ ਦੇ ਕਰੀਬ ਜਸ਼ਨ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਗੁਰਦਾਸਪੁਰ ਵਿੱਚ ਰਹਿੰਦੇ ਇੱਕ ਦੋਸਤ ਦੇ ਜਨਮ ਦਿਨ ਤੇ ਜਾ ਰਿਹਾ ਸ਼ਾਮ ਕਰੀਬ 5 ਵਜੇ ਉਸ ਨੂੰ ਫੋਨ ਆਇਆ ਕਿ ਉਹ ਦੋਸਤ ਦੀ ਪਾਰਟੀ 'ਚ ਗੁਰਦਾਸਪੁਰ ਪਹੁੰਚ ਗਿਆ ਹੈ ਜਦੋਂ ਸੀ 6:30 ਵਜੇ ਜਸ਼ਨ ਰੀਤ ਨੂੰ ਉਹਨਾਂ ਨੇ ਕਿਹਾ ਫੋਨ ਕੀਤਾ ਤਾਂ ਉਹਦਾ ਫੋਨ ਬੰਦ ਸੀ 2 ਜੁਲਾਈ ਅਪ੍ਰੈਲ ਦੀ ਸਵੇਰ ਸਾਨੂੰ ਉਹਨਾਂ ਨੇ ਕਿਹਾ ਪਤਾ ਲੱਗਾ ਹੈ ਕਿ ਥਾਣਾ ਤਿੱਬੜ ਦੀ ਪੁਲਿਸ ਨੂੰ ਪਿੰਡ ਕੋਠੇ ਘਰਾਲਾ ਨੇੜੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਨੂੰ ਦੇਖ ਕੇ ਪਤਾ ਲੱਗਾ ਹੈ ਕਿ ਜੋਸ਼ਨਪ੍ਰੀਤ ਦੀ ਹੈ ਉਹਨਾਂ ਨੂੰ ਯਕੀਨ ਹੈ ਕਿ ਉਹਨਾਂ ਦੇ ਲੜਕੇ ਦਾ ਕਤਲ ਗੁਰਪ੍ਰੀਤ ਸਿੰਘ ਉਰਫ 골ਡੀ ਤੇ ਉਸਦੇ ਹੋਰ ਸਾਥੀਆਂ ਨੇ ਕੋਈ ਜ਼ਹਿਰੀਲੀ ਚੀਜ਼ ਦੇ ਕੇ ਕੀਤਾ ਹੈ ਥਾਣਾ ਤਿੱਬੜ ਦੇ ਇੰਚਾਰਜ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਗੁਰਪ੍ਰੀਤ ਸਿੰਘ ਉਰਫ 골ਡੀ ਵਾਸੀ ਪਿੰਡ ਸਰਾਇ ਥਾਣਾ सदर ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਬ੍ਰੈਂਪਟਨ ਦੇ ਵਿੱਚ ਇੱਕ 48 ਸਾਲਾ ਪੰਜਾਬੀ ਵਿਅਕਤੀ ਨਿਰਮਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਉੱਪਰ ਡਰਾਈਵਿੰਗ ਦੇ ਲਈ 4 ਵਾਰ ਉਮਰ ਪਰਦੇ ਬਹਿਣ ਲੱਗੇ ਹੋਏ ਨੇ ਦਰਅਸਲ ਕੁਝ ਦਿਨ ਪਹਿਲਾਂ ਹੀ ਪੀਲ ਅਰੀਜਨਲ ਪੁਲਿਸ ਦੀ ਸੇਫਰ ਰੋਡਸ ਟੀਮ ਦੇ ਅਧਿਕਾਰੀਆਂ ਦੇ ਵੱਲੋਂ ਟੋਰਾਂਟੋ ਪੁਲਿਸ ਸਰਵਿਸ ਬਰੰਟ ਦੇ ਤਹਿਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ 48 ਸਾਲਾ ਨਿਰਮਲ ਸਿੰਘ ਨੂੰ ਮੋਟਰ ਵਹੀਕਲ ਚੋਰੀ ਕਰਨ ਦੇ ਇੱਕ ਮਾਮਲੇ 'ਚ ਮਨਾਹੀ ਦੇ ਦੌਰਾਨ ਕਾਰਵਾਈ ਕਰਨ ਦੇ ਅਤੇ ਦੋ ਪ੍ਰਬੋਸ਼ਨ ਦੀ ਜਿਹੜੀ ਉਲੰਘਣਾ ਦੇ 6 ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੁਹਾਂਟੋ ਪੁਲਿਸ ਸਰਵਿਸ ਹਿਰਾਸਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਸਿੰਘ ਨੂੰ 5ਵੀਂ ਵਾਰ ਗੱਡੀ ਚਲਾਉਣ ਦੀ ਮਨਾਹੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ 2017 ਤੋਂ ਉਸ ਨੂੰ 35 ਫੌਜਦਾਰੀ ਜ਼ਾਬਤਾ ਤੇ 8 ਸੁਬਾਈ ਅਪਰਾਧ ਐਕਟ ਦੇ ਦੋਸ਼ਾਂ ਲਈ ਦੋਸ਼ੀ ਠਹਿਰਾਇਆ ਗਿਆ ਜਿਸ ਵਿੱਚ ਪਬੰਦੀशुदा ਆਪਰੇਸ਼ਨਸ ਖਤਰਨਾਕ ਆਪਰੇਸ਼ਨਸ ਦੁਰਘਟਨਾ ਨੂੰ ਵਾਧ ਰੁਕਣ ਵਿੱਚ ਸਫਲ ਪੁਲਿਸ ਤੋਂ ਭੱਜਣਾ ਰਿਹਾਈ ਦੇ ਆਦੇਸ਼ ਦੀ ਪਾਲਣਾ ਕਰਨ ਵਿੱਚ ਅਸਫਲ ਪ੍ਰਵੇਸ਼ਣ ਦੀ ਉਲੰਘਣਾ ਤੇ ਕਈ ਹੋਰ ਸ਼ਾਮਲ ਨੇ ਜੜੀਆਂ ਚੀਜ਼ਾਂ ਪੀਲ ओरिजिनल ਪੁਲਿਸ ਸੇਫਰ ਰੋਡਜ਼ ਟੀਮ ਸਰਗਰਮੀ ਨਾਲ ਖਤਰਨਾਕ ਡਰਾਈਵਿੰਗ ਅਪਰਾਧੀਆਂ ਦੀ ਭਾਲ ਕਰ ਰਹੀ ਹੈ ਅਤੇ ਇਸ ਗੈਰ ਕਾਨੂੰਨੀ ਵਿਵਹਾਰ ਨੂੰ ਰੋਕਣ ਦੇ ਲਈ ਭਾਈਵਾਲ ਏਜੰਸੀਆਂ ਦੇ ਨਾਲ ਸਹਿਯੋਗ ਉਗ ਕਰ ਰਹੀ ਹੈ ਡਿਫਟੀ ਚੀਫ ਮਾਰਕ ਐਂਡਰਿਊਸ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਗੈਰ ਜ਼ਿੰਮੇਵਾਰ ਅਪਰਾਧੀਆਂ ਨੂੰ ਸਾਡੇ ਭਾਈਚਾਰੇ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਤੋਂ ਰੋਕਣ ਦੇ ਲਈ ਲੜਿੰਦੇ ਸਾਰੇ ਕਾਨੂੰਨੀ ਸਾਧਨਾਂ ਦੀ ਵਰਤੋਂ ਕਰਾਂਗੇ ਜੇਕਰ ਕਿਸੇ ਵੀ ਵਿਅਕਤੀ ਨੂੰ ਇਸੇ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਨੇ ਨੰਬਰ ਜਾਰੀ ਕੀਤੇ ਨੇ ਜਿੱਥੇ ਸੰਪਰਕ ਕੀਤਾ ਜਾ ਸਕੇ ਓਕਵਿਲ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪਰਸਨਲ ਸਪੋਰਟ ਵਰਕਰ ਵੱਲੋਂ ਇੱਕ ਨੌਜਵਾਨ ਦੀ ਦੇਖਪਾਲ ਦੇ ਦੌਰਾਨ ਕਥਿਤ ਤੌਰ ਤੇ ਹਮਲਾ ਕਰਨ ਤੋਂ ਬਾਅਦ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਦੇ ਨਾਲ ਸੰਪਰਕ ਕਰਨ ਤੋਂ ਬਾਅਦ ਹਾਲਟਨ ਰੀਜਨਲ ਪੁਲਿਸ ਸਰਵਿਸ ਨੇ April ਦੇ ਸ਼ੁਰੂ ਚ ਆਪਣੀ ਜਾਂਚ ਸ਼ੁਰੂ ਕੀਤੀ ਸੀ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਨੌਜਵਾਨ ਦੇ ਘਰ ਤੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਕਥਿਤ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਕਾਰਵਾਈ ਕਰਦੇ ਆ ਪੁਲਿਸ ਨੇ 45 ਸਾਲਾ ਪਰਮਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਮਹਿਲਾ ਤੇ ਹਮਲੇ ਦੇ 2 ਅਤੇ ਸਰੀਰਿਕ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਗਏ ਨੇ ਤੇ ਉਹਨਾਂ ਨੂੰ ਜ਼ਮਾਨਤ ਦੀ ਸੁਣਵਾਈ ਤੱਕ ਰਾਸਤ ਵਿੱਚ ਰੱਖਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਮੈਲਾ ਪੈਰਾਮੈਡ ਹੋਮ ਹੈਲਥ ਕੇਅਰ ਦੇ ਲਈ ਕੰਮ ਕਰਦੀ ਸੀ 14 April 2024 ਨੂੰ ਇੱਕ ਮਰੀਜ਼ ਦੇ ਨਾਲ ਦੁਰਵਿਵਹਾਰ ਦੇ ਦੋਸ਼ਾਂ ਦੀ ਰਿਪੋਰਟ ਸਭ ਤੋਂ ਪਹਿਲਾਂ ਇੱਕ ਪੈਰਾਮੈਡ ਟੀਮ ਦੇ ਮੈਂਬਰ ਦੁਆਰਾ ਆਪਣੇ ਸੁਪਰਵਾਈਜ਼ਰ ਨੂੰ ਦਿੱਤੀ ਗਈ ਸੀ ਸਰੀ RCMP ਵਾਲੇ ਆਪਣਾ ਜੁਲੀ ਵਿਸਤਾਰ ਨਵੰਬਰ ਚ ਚੁੱਕ ਲੈਣਗੇ ਤੇ ਸ਼ਹਿਰ ਦੀ ਕਮਾਨ ਸਰੀ ਪੁਲਿਸ ਸਰਵਿਸ ਤੇ ਹੱਥਾਂ ਚ ਆ ਜਾਏਗੀ BC ਦੇ ਲੋਕ ਸੁਰੱਖਿਆ ਮੰਤਰੀ ਮਾਈਕ ਨੇ ਮੰਗਲਵਾਰ ਨੂੰ ਦੱਸਿਆ ਕਿ 29 ਨਵੰਬਰ 2024 ਨੂੰ ਰਸਮੀ ਤੌਰ ਤੇ ਸਰੀ ਪੁਲਿਸ ਸਰਵਿਸ ਦੇ ਅਫਸਰ ਸ਼ਹਿਰ ਵਿੱਚ ਤਾਇਨਾਤ ਹੋਣਗੇ ਉਦੋਂ ਸੂਬਾ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਸਰੀ ਦੇ ਮੇਅਰ ਬ੍ਰੈਂਡਾ ਲੋਕ ਬੇहद ਖਫਾ ਨਜ਼ਰ ਆਏ ਤੇ ਕਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਕੇਵਲ ਲਾਰੇ ਲਾਏ ਜਾ ਰਹੇ ਨੇ ਮਾਈਕ ਦਾ ਕਹਿਣਾ ਹੈ ਕਿ ਪੁਲਿਸ ਮਹਿਕਮੇ ਦੀ ਮੁਕੰਮਲ ਤਬਦੀਲੀ ਕਰਨ ਦੇ ਵਿੱਚ 2 ਜਾਂ 2.5 ਸਾਲ ਦਾ ਸਮਾਂ ਲੱਗ ਸਕਦਾ ਹੈ ਅਤੇ ਉਦੋਂ ਤੱਕ RCMP ਵਾਲੇ ਹਰ ਸੰਭਵ ਸਹਾਇਤਾ ਬਹਈਆ ਕਰਵਾਉਂਦੇ ਰਹਿਣਗੇ ਸਰੀ ਪੁਲਿਸ ਸਰਵਿਸ ਦੇ ਮੁਖੀ ਨੋਮ ਨੇ ਮੰਗਲਵਾਰ ਦੇ ਐਲਾਨ ਨੂੰ ਬੇਹਤ ਸ਼ਾਨਦਾਰ ਕਰਾਰ ਦਿੱਤਾ ਹੈ ਅਤੇ ਦੱਸਣਾ ਬਣਦਾ ਹੈ ਕਿ 2 ਹਫ਼ਤੇ ਪਹਿਲਾਂ ਗਲੋਬਲ ਨਿਊਜ਼ ਵੱਲੋਂ ਇੱਕ ਸਰਕਾਰੀ ਦਸਤਾਵੇਜ਼ ਦੇ ਹਵਾਲੇ ਨਾਲ ਕਿਹਾ ਗਿਆ ਸੀਗਾ ਕਿ ਸਰੀ ਸ਼ਹਿਰ ਵਿੱਚ ਜਲਦੀ ਹੀ ਤਬਦੀਲੀ ਹੋ ਸਕਦੀ ਹੈ ਤੇ ਇਸ ਵਾਸਤੇ ਕਾਨੂੰਨ ਦੇ ਵਿੱਚ ਤਬਦੀਲੀਆਂ ਕਰਨ ਦੀ ਜ਼ਰੂਰਤ ਨਹੀਂ ਹੋਣੀ ਹੈ ਦੌਰਾਨ RCMP ਦੇ ਡਿਪਟੀ ਕਮਿਸ਼ਨਰ ਡਵੇਨ ਨੇ ਕਿਹਾ ਕਿ ਉਹਨਾਂ ਦੀ ਟੀਮ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਨਾਲ ਤਾਲਮੇਲ ਤਹਿਤ ਕੰਮ ਕਰਨ ਦੇ ਲਈ ਵਚਨਬੱਧ ਹੈ ਸਾਰੇ ਵਿੱਚ ਅਮਨ ਕਾਨੂੰਨ ਕਾਇਮ ਰੱਖਣ ਵਾਸਤੇ ਘੱਟੋ-ਘੱਟ 834 ਅਫਸਰਾਂ ਦੀ ਜ਼ਰੂਰਤ ਹੈ ਅਤੇ ਸਾਰੀ ਪੁਲਿਸ ਸਰਵਿਸ ਦੇ ਵਿੱਚ ਨਵੀਂ ਭਰਤੀ ਮੁਕੰਮਲ ਹੋਣ ਤੱਕ RCMP ਵਾਲਿਆਂ ਦੀ ਤਣਾਤੀ ਜਾਰੀ ਕਰੇਗੀ ਅਮਰੀਕਾ ਦੇ ਕਈ ਸੂਬਿਆਂ ਦੇ ਵਿੱਚ ਡੇਰੀ ਗਾਵਾਂ ਵਿੱਚ ਪਹਿਲੀ ਵਾਰ ਬਰਡ ਫਲੂ ਦਾ H5N1 ਸਟ੍ਰੇਨ ਪਾਇਆ ਗਿਆ ਇਹ ਤਕਰੀਬਨ 8 ਸੂਬਿਆਂ ਦੇ ਵਿੱਚ ਫੈਲ ਚੁੱਕਿਆ ਹੈ ਇਸ ਦੌਰਾਨ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਮੰਗਲਵਾਰ ਨੂੰ ਦਾਵਾ ਕੀਤਾ ਕਿ ਅਮਰੀਕਾ ਦੇ ਵਿੱਚ ਪੈਸਚਰਾਇਜ਼ਡ ਦੁੱਧ ਜਾਨੀ ਕਿ ਜਿਹੜਾ ਪੈਸਚਰਾਇਜ਼ਡ ਮਿਲਕ ਹੁੰਦਾ ਹੈ ਉਸਦੇ ਕੁਝ ਨਮੂਨਿਆਂ 'ਚ ਵਰਡ ਫਲੂ ਵਾਇਰਸ ਦੇ ਕਣ ਪਾਏ ਗਏ ਹਾਲਾਂਕਿ ਇਹ ਪੁਸ਼ਟੀ ਕਰਨ ਲਈ ਟੈਸਟ ਦੇ ਨਤੀਜਿਆਂ ਦੀ ਉਡੀਕ ਕੀਤੀ ਜਾਂਦੀ ਹੈ ਕਿ ਦੁੱਧ ਖਾਪਤ ਦੇ ਲਈ ਠੁਕਮਾ ਹੈ ਯੂ ਐਸ ਡੀ ਏ ਦੇ ਅੰਕੜਿਆਂ ਦੇ ਹਿਸਾਬ ਦੇ ਨਾਲ ਵਰਡ ਫਲੂ ਦੇ ਕੇਸ ਇਡਾਹੋ ਨਿਊ ਮੈਕਸੀਕੋ ਟੈਕਸਾਸ ਸਾਊਥ ਕੋਟਾ ਕੰਜ਼ਾਸ ਮਿਸ਼ੀਗਨ ਹਾਇਓ ਅਤੇ ਉਤਰੀ ਕੈਰੋਲਿਨਾ 'ਚ ਘਰੇਲੂ ਜਾਨਵਰਾਂ 'ਚ ਪਾਏ ਗਏ ਹਨ ਦੁਬੇਜ ਪਿਛਲੇ ਹਫਤੇ ਪਏ ਬਹੁਤ ਜ਼ਿਆਦਾ ਮੀਂਹ ਤੋਂ ਬਾਅਦ ਅਜਿਹੀਆਂ ਖਬਰਾਂ ਆ ਰਹੀਆਂ ਸੀਗੀਆਂ ਕਿ ਰੇਗਿਸਤਾਨ ਵਿੱਚ ਵਸੇ ਸ਼ਹਿਰ 'ਚ ਇੰਨਾ ਮੀਂਹ ਕੁਦਰਤੀ ਨਹੀਂ ਹੈ ਬਲਕਿ ਵਿਗਿਆਨੀਆਂ ਵੱਲੋਂ ਕੀਤੀਆਂ ਕਲਾਊਡ ਸ਼ੀਡਿੰਗ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ ਹਾਲਾਂਕਿ ਆਕਸਫੋਰਡ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰੀਚਰਡ ਨੂੰ ਅਜਿਹਾ ਨਹੀਂ ਲੱਗਦਾ ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਤੂਫਾਨ ਦੀ ਸ਼ਕਤੀ ਤੀਬਰਤਾ ਅਤੇ ਸੰਗਠਨ ਨੂੰ ਸਮਝਣਾ ਮੁਸ਼ਕਿਲ ਹੈ। ਉਹਨਾਂ ਨੇ ਕਿਹਾ ਕਿ ਜਿਸ ਚੀਜ਼ ਨੇ ਮੈਨੂੰ ਹੈਰਾਨ ਕੀਤਾ ਉਹ ਕੁਦਰਤ ਦੀ ਮਹਿਮਾ ਨਹੀਂ ਬਲਕਿ ਆਉਣ ਵਾਲੀਆਂ ਖਬਰਾਂ ਸੀ ਜਿਸ ਵਿੱਚ ਕਲਾਊਡ ਸ਼ੀਡਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇੱਕ ਥਾਂ ਤਾਂ ਇਹ ਵੀ ਉਹਨਾਂ ਨੇ ਕਿਹਾ ਕਿ ਆ ਗਿਆ ਕਿ ਮੌਸਮ ਵਿਗਿਆਨ ਦੀ ਮਹਾਰਤ ਦਾ ਪਾਵਰ ਹਾਊਸ ਰੀਡਿੰਗ ਯੂਨੀਵਰਸਿਟੀ ਇਸ ਲਈ ਜ਼ਿੰਮੇਵਾਰ ਸੀ। ਯੂਏ ਕਈ ਸਾਲਾਂ ਤੋਂ ਇੱਕ ਕਲਾਊਡ ਸ਼ੀਡਿੰਗ ਪ੍ਰੋਜੈਕਟ ਜਿਹੜਾ ਯੂਏ ਰਿਸਰਚ ਪ੍ਰੋਗਰਾਮ ਫਾਰ ਰੇਨ ਐਂਡ ਕਲਾਈਮੇਟ ਸਾਇੰਸ ਚਲਾ ਰਿਹਾ ਆਕਸਫੋਰਡ ਯੂਨੀਵਰਸਿਟੀ ਚ ਜਲਵਾਯੂ ਵਿਗਿਆਨੀ ਦੇ ਪ੍ਰੋਫੈਸਰ ਵਾਸ਼ਿੰਗਟਨ ਨੇ ਕਿਹਾ ਮੈਂ ਕਦੇ ਕਲਾਊਡ ਸੀਡਿੰਗ ਤੇ ਕੰਮ ਕੀਤਾ ਸੀ ਜਿਸ ਵਿੱਚ ਬੱਦਲ ਦੀਆਂ ਬੂੰਦਾਂ ਨੂੰ ਨਮਕ ਆਦਿ ਛਿੜਕ ਦਿੱਤਾ ਜਾਂਦਾ ਹੈ ਜਿਸ ਨਾਲ ਇਹ ਭਾਰੀਆਂ ਹੋ ਕੇ ਹੇਠਾਂ ਡਿੱਗਦੀਆਂ ਨੇ ਤੇ ਮੀਂਹ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਪਰ ਕਲਾਊਡ ਸੀਡਿੰਗ ਨਾਲ ਫਰਾਂਸ ਦੇ ਆਕਾਰ ਦਾ ਇੱਕ ਵਿਸ਼ਾਲ ਤੂਫਾਨ ਨਹੀਂ ਬਣਾਇਆ ਜਾ ਸਕਦਾ ਇਸ ਦਾ ਮਤਲਬ ਹੋਏਗਾ ਕਿ ਹਵਾ ਦੇ ਇੱਕ ਬੁਲੇ ਨੂੰ ਰੇਲ ਗੱਡੀ ਨੂੰ ਰੋਕ ਦੇਣਾ ਅਤੇ ਸੀਡਿੰਗ ਉਡਾਣਾ ਉਸ ਦਿਨ ਵੀ ਨਹੀਂ ਹੋਈਆਂ ਸਨ 16 ਅਪ੍ਰੈਲ ਨੂੰ ਇਸ ਤਰ੍ਹਾਂ ਦੇ ਡੂੰਗੇ ਵੱਡੇ ਪੱਧਰ ਤੇ ਬੱਦਲ ਬਣੇ ਸੀ ਉਹ ਪ੍ਰਯੋਗ ਦਾ ਨਿਸ਼ਾਨਾ ਨਹੀਂ ਹਨ ਉਹਨਾਂ ਨੇ ਅੱਗੇ ਕਿਹਾ ਦਿਲਚਸਪ ਗੱਲ ਇਹ ਹੈ ਕਿ ਮਨੁੱਖ ਇਸ ਗੱਲ ਨੂੰ ਨਹੀਂ ਮੰਨਦੇ ਕਿ 2400 ਰਿਗਾਰਟਨ ਕਾਰਬਨ ਤੋਂ ਪਹਿਲਾਂ ਯਾਨੀ ਕਿ ਉਦਯੋਗਿਕ ਸਮੇਂ ਤੋਂ ਪਹਿਲਾਂ ਸਾਡਾ ਕੁੱਲ ਨਿਕਾਸ ਧਰਤੀ ਦੀ ਜਲਵਾਯੂ 'ਚ ਫਰਕ ਪਾ ਸਕਦਾ ਹੈ ਪਰ ਉਹ ਇਹ ਬਹੁਤ ਆਸਾਨੀ ਨਾਲ ਮੰਨ ਲੈਂਦੇ ਨੇ ਕਿ ਇਹ ਸਿੱਡਿੰਗ ਕਰਕੇ ਹੋਇਆ ਪੀਲ ਰੀਜਨਲ ਪੁਲਿਸ ਨੇ ਕੈਨੇਡਾ ਵਿੱਚ ਸਭ ਤੋਂ ਵੱਧ ਲੜਿੰਦੇ ਅਪਰਾਧੀਆਂ ਨੂੰ ਲੱਭਣ ਅਤੇ ਗ੍ਰਿਫਤਾਰ ਕਰਨ ਦੇ ਯਤਨ ਵਿੱਚ ਵੀ ਔਨ ਦਾ ਲੁੱਕਆਊਟ ਪ੍ਰੋਗਰਾਮ ਨਾਲ ਪਾਈਵਾਲੀ ਕੀਤੀ ਹੈ ਇਹ ਪ੍ਰੋਗਰਾਮ ਕੈਨੇਡੀਅਨ ਪੁਲਿਸ ਸੇਵਾਵਾਂ ਅਤੇ ਕ੍ਰਾਈਮ ਸਟਾਪਰਸ ਪ੍ਰੋਗਰਾਮ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਸੀ ਬੀਓਐਲਓ ਪ੍ਰੋਗਰਾਮ ਉਹਨਾਂ ਵਿਅਕਤੀਆਂ ਤੇ ਕੇਂਦਰਿਤ ਹੁੰਦਾ ਹੈ ਜੋ ਗੰਭੀਰ ਅਪਰਾਧਾਂ ਲਈ ਲੜਿੰਦੇ ਨੇ ਨਾਗਰਿਕਾਂ ਨੂੰ ਕੈਨੇਡਾ ਦੇ ਸਭ ਤੋਂ ਵੱਧ ਲੜਿੰਦੇ ਵਿਅਕਤੀਆਂ ਦੀ ਭਾਲ ਕਰਨ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਸੋਸ਼ਲ ਮੀਡੀਆ ਟੈਕਨੋਲੋਜੀ ਅਤੇ ਨਵੀਨ ਤਕਾਰੀ ਸੇਮੂਲੀਅਤ ਦਾ ਲਾਭ ਉਠਾਉਣ ਵਾਲਾ ਇੱਕ ਮਹੱਤਵਪੂਰਨ ਪਹਿਲਕਦਮੀ ਹੈ ਐਤਵਾਰ 3 ਦਸੰਬਰ 2023 ਨੂੰ ਬ੍ਰੈਮਟਨ ਦੀ ਰਹਿਣ ਵਾਲੀ 21 ਸਾਲਾ ਔਰਤ ਪਵਨਪ੍ਰੀਤ ਕੌਰ ਗੈਸ ਸਟੇਸ਼ਨ اٹੈਂਡੈਂਟ ਸੀ ਤੇ ਉਸ ਨੂੰ ਕਈ ਵਾਰ ਗੋਲੀਆਂ ਮਾਰੀਆਂ ਗਈਆਂ ਤੇ ਉਸ ਨੂੰ ਮੌਕੇ ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਪਵਨਪ੍ਰੀਤ ਕੌਰ ਦੇ ਕਤਲ ਨੇ ਉਸਦੇ ਪਰਿਵਾਰ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ ਅਤੇ ਭਾਈਚਾਰੇ ਨੂੰ ਡੂੰਘਾ ਪ੍ਰਭਾਵਿਤ ਕੀਤਾ ਪੀਲ ਅਰੀਜਨਲ ਪੁਲਿਸ ਧਰਮ ਤਾਲੀਵਾਲ ਬਾਰੇ ਜਾਣਕਾਰੀ ਦੇਣ ਦੇ ਲਈ ਲੋਕਾਂ ਦੀ ਮਦਦ ਮੰਗ ਰਹੀ ਹੈ ਕਿਉਂਕਿ ਉਸ ਦਾ ਪਰਿਵਾਰ ਇਸ ਦੁਖਾਨ ਦੇ ਲਈ ਜਵਾਬ ਅਤੇ ਇਨਸਾਫ ਦਾ ਹੱਕਦਾਰ ਹੈ ਬੋਲੋ ਪ੍ਰੋਗਰਾਮ ਹੁਣ ਤਾਲੀਵਾਲ ਦੀ ਗ੍ਰਿਫਤਾਰੀ ਲਈ ਕਿਸੇ ਵੀ ਜਾਣਕਾਰੀ ਦੇ ਲਈ 50000 ਡਾਲਰ ਤੱਕ ਦੀ ਨਾਮ ਦੀ ਪੇਸ਼ਕਸ਼ ਕਰ ਰਿਹਾ ਇਹ ਨਾਮ 3 ਦਸੰਬਰ 2024 ਤੱਕ ਦਿੱਤਾ ਜਾਣਾ ਹੈ ਇਸਤੋਂ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USATV ਜ਼ਰੂਰ ਸਬਸਕ੍ਰਾਈਬ ਕਰੋ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ